ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚੁਗਾਵਾਂ ਵਿਖੇ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਪੰਜਾਬ ਦੇ ਜਨਰਲ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਸਰਹੱਦੀ ਇਲਾਕੇ ਵਿੱਚ ਧੜੱਲੇ ਨਾਲ ਵਿਖਰੇ ਨਸ਼ਿਆਂ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਰੋਸ ਮੁਜ਼ਾਹਰਾ ਗਲੀਆਂ ਵਿੱਚੋਂ ਹੁੰਦਾ ਹੋਇਆ TSP ਦਫ਼ਤਰ ਚੁਗਾਵਾਂ ਵਿਖੇ ਪੁੱਜਾ। ਇਸ ਮੌਕੇ ਤੇ ਆਗੂ ਸਤਨਾਮ ਸਿੰਘ ਅਜਨਾਲਾ ਨੇ ਕਿਹਾ, ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਜਿਉਂ ਜਿਉਂ ਮਰਜ ਕਰ ਰਹੇ ਆ, ਦੁਆ ਕਰ ਰਹੇ ਆ ਕਿ ਮਰਜ ਵੱਧਦੀ ਜਾਂਦੀ। ਇਸ ਵੇਲੇ ਚੁਗਾਵਾਂ ਅੱਡਾ ਨਹੀਂ, ਪਿੰਡ ਪਿੰਡ ਦੇ ਵਿੱਚ ਆ ਪਟਾਰੀ ਵਾਲੀ ਘਟਨਾ ਅਜੇ ਥੋੜ੍ਹੀ ਸਾਰੀ ਠੰਡੀ ਨਹੀਂ ਹੋਈ। 5 ਕੁਇੰਟਲ 32 ਕਿਲੋ ਉਹਦੇ 100 ਲੋਕ ਸ਼ਾਮਿਲ ਸੀਗੇ। ਉਹਦਾ ਸਰਗਣਾ ਜਿਹੜਾ ਗੈਂਗਸਟਰ ਸੀ ਉਹਨੂੰ ਜੇਲ੍ਹ ਭੇਜਿਆ ਅਤੇ ਅੱਜ ਉਹਦੀ ਮੌਤ ਹੋ ਗਈ। ਯਾਨੀ ਇੰਨਾ ਜਿਹੜੇ ਨਸ਼ਾਖੋਰ ਆ, ਰਾਜਸੀ ਆ, ਪੁਲਿਸ ਦੇ ਵੱਡੇ ਅਫਸਰਾਂ ਦਾ ਜਿਹੜਾ ਗਠਜੋੜ ਆ ਪੰਜਾਬ 'ਚ, ਉਹ ਬਹੁਤ ਮਜ਼ਬੂਤ ਆ। ਉਹਨੂੰ ਤੋੜਨਾ ਹੋਰ ਕਿਸੇ ਨੇ ਤੋੜਨਾ ਆ ਲੋਕਾਂ ਨੂੰ, ਅਸੀਂ ਲੋਕਾਂ ਨੂੰ ਸਾਡੇ ਮੀਡੀਆ ਰਾਹੀਂ ਕਹਿੰਦੇ ਹਾਂ ਕਿ ਆਓ ਲੋਕੋ ਆਪਣੀ ਜਵਾਨੀ ਬਚਾਉਣ, ਆਪਣਾ ਬਚਾਉਣ ਲਈ, ਮਜ਼ਦੂਰਾਂ ਨੂੰ ਬਚਾਉਣ ਲਈ, ਆਪਣਾ ਪਾਣੀ ਬਚਾਉਣ ਲਈ, ਆਪਣਾ ਵਾਤਾਵਰਨ ਬਚਾਉਣ ਲਈ, ਆਪਣੇ ਦਰਿਆ ਬਚਾਉਣ ਲਈ, ਸਾਡੀ ਬਿਜਲੀ ਨੂੰ ਬਚਾਉਣ ਲਈ, ਉਹ ਸੰਘਰਸ਼ਾਂ ਦੇ ਰਾਹ ਤੋਂ ਬਗੈਰ ਕੋਈ ਨਹੀਂ। ਅੱਜ ਦਾ ਜਿਹੜਾ ਮਤਲਬ ਰੋਸ ਮੁਜ਼ਾਹਰਾ ਕੀਤਾ ਗਿਆ, ਕਿਹੜੇ ਸੰਬੰਧ 'ਚ ਕੀਤਾ ਗਿਆ ਜੀ? ਇਹਦਾ ਜਿਹੜਾ ਮੁੱਖ ਧੜਾ ਤਿਆ ਵੀ ਬਿਜਲੀ ਦੀਆਂ ਦਰਾਂ ਘੱਟ ਕੀਤੀਆਂ ਜਾਣ, ਪਾਣੀ ਦਾ ਜਿਹੜਾ ਪੱਧਰ ਥੱਲੇ ਡਿੱਗ ਪਿਆ ਉਹਦੇ ਉਪਾਅ ਦੱਸੇ ਅਸੀਂ ਉਹ ਕੀਤੇ ਜਾਣ, ਮੈਂ ਦਰੋਹਦਾ ਨਹੀਂ ਪਾਵਾਂ ਨੂੰ। ਨਾਲ ਹੀ ਕਿਹਾ ਵੀ ਬਿਜਲੀ ਆਉਣ ਵਾਲੇ ਸਮੇਂ 2 ਰੁਪਏ ਦਿੱਤੀ ਜਾਵੇ, ਗਰੀਬਾਂ ਦੇ ਬਿੱਲ ਰੱਦ ਕੀਤੇ ਜਾਣ, ਅਤੇ ਨਾਲ ਦੀ ਨਾਲ ਵੱਡਾ ਮੁੱਦਾ ਹੀ ਲਿਆ ਵੀ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਿਆ, ਉਹਨਾਂ ਦੇ ਉੱਤੇ ਸਖ਼ਤ ਜਿਹੜਾ ਸ਼ਿਕੰਜਾ ਕੱਸਿਆ ਜਾਵੇ, ਉਹਨਾਂ ਨੂੰ ਨੱਥ ਪਾਈ ਜਾਵੇ, ਉਹਨਾਂ ਦੇ ਨਾਲ ਜਿਹੜੇ ਰਾਜਸੀ ਲੋਕ ਆ ਜਾਂ ਪੁਲਿਸ ਦੇ ਵੱਡੇ ਅਫਸਰ ਆ ਉਹਨਾਂ ਨੂੰ ਇਹ ਜਿਹੜਾ ਲਿਆ ਕੇ ਇਹ ਨਸ਼ੇ ਨੂੰ ਬੰਦ ਕਰਾਇਆ ਜਾਵੇ, ਇਹ ਵੀ ਸਾਡਾ ਮੁੱਖ ਨਾਰਾ ਸੀ ਅੱਜ ਦਾ। ਇਹ ਅਸੀਂ ਤੁਹਾਡੇ ਰਾਹੀਂ ਸਰਕਾਰ ਤੋਂ